ਮੈਂ ਹਰਸਿਮਰਨ ਸਿੰਘ ਤਹਿਸੀਲਦਾਰ ਪਾਤੜਾਂ 15 ਅਗਸਤ ਦੀਆਂ ਆਪਣੇ ਦੇਸ਼ ਵਾਸੀਆਂ ਨੂੰ ਪਾਤੜਾਂ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਆਸ ਕਰਦਾ ਸਾਰੇ ਇਸ ਨੂੰ ਖੂਬ ਸ਼ਰਧਾ ਨਾਲ ਧੂਮਧਾਮ ਨਾਲ ਮਨਾਉਣਗੇ ਅਤੇ ਮੈਂ ਜਿਨ੍ਹਾਂ ਸ਼ਹੀਦਾਂ ਦੀ ਬਦੌਲਤ ਸਾਨੂੰ ਇਹ 15 ਅਗਸਤ ਇਹ ਆਜ਼ਾਦੀ ਦਾ ਦਿਹਾੜਾ ਮਨਾਉਣ ਦਾ ਮੌਕਾ ਮਿਲਿਆ ਉਹਨਾਂ ਨੂੰ ਨਮਨ ਕਰਦਾ ਅਤੇ ਸਾਰਿਆਂ ਨੂੰ ਇਹ ਵਧਾਈ ਦਿੰਦਾ ਅਤੇ ਨਾਲ ਹੀ ਅਪੀਲ ਕਰਦਾ ਕਿ ਆਪਣੇ ਦੇਸ਼ ਨੂੰ ਹੋਰ ਤਰੱਕੀਆਂ ਵੱਲ ਲਿਜਾਈਏ, ਆਪਣੇ ਸੂਬੇ ਨੂੰ ਹੋਰ ਤਰੱਕੀਆਂ ਵੱਲ ਲਿਜਾਈਏ। ਥੈਂਕ ਯੂ।